इन्ने चावान नाल ब्याह कीता मेरे पुत दा, एक लैणी साडे घरे कित्थों आ गई, सारा लुट के लै गई सानू। धोखा दे गई मेरा पुत उत्ते सड़कां ते रुलता फिरदा। कैनेडा जाके अपने सहुरियां नूं भुली कुड़ी, व्हाट्सएप ते पूरे टब्बर नूं करता ब्लॉक, मुंडे नूं भी विदेश च कुड़ी ने करता घरों बाहर, सड़कां ते धक्के खा रहा मुंडा, सहुरियां नूं ला गई 38 लाख दा चूना। कैनेडा जा अपने सहुरियां नूं एक कुड़ी भुल गई है, इस तरीके का कहना है सहुरे परिवार। हाथ दे विच एल्बम फड़ के रो रही ए औरत, जिसने कि कुछ चिर पहला अपने मुंडे का विआह किया उस कुड़ी दे नाल, जिस कुड़ी दे आईलेट्स दे विच 7 बैंड आए सी, तां दोनों जी स्पाउस वीज़ा लगा के बाहर चले गए। बाहर जाके कुड़ी दे तेवर ही बदल गए, कुड़ी ने मुंडे नूं घरों बाहर कढ़िया अते अपने पूरे सहुरे परिवार नूं ब्लॉक कर दिता। मुंडे वालिया ने यह भी कहा है कि 38 लाख ला के उन्होंने दोहां नूं बाहर भेजा सी, जेड़े कि हुण मिट्टी हो गए ने, क्योंकि उन्होंने मुंडे नूं कुड़ी ने बाहर जाके छड़ दिता है। इस तरीके दे इल्जाम मुंडे वाले कुड़ी ते ला रहे ने। हुण कुड़ी वालिया दा पक्ष हले तक सामने नहीं आया, पर उन्हां चिर आओ परिवार दे कोलों ही जानदे आ कि आखिरकार कुड़ी बाहर जाके मुकरी क्यों। ਇਹ ਕਾਰਨ ਤਾਂ ਇਹ ਹੈ ਜੀ ਵੀ ਉਹਨਾਂ ਨੇ ਪਹਿਲਾਂ ਘੜੀ ਮਿੱਥੀ ਸਾਜ਼ਿਸ਼ ਸੀਗੀ ਇਹਨਾਂ ਤਿੰਨਾਂ ਦੀ ਜੀ, ਵੀ ਇਹ ਪਰਿਵਾਰ ਤੋਂ ਪੈਸੇ ਲਵਾਓ, ਇਹਨਾਂ ਦਾ ਝੱਗਾ ਚੱਕੋ ਤਿੰਨਾਂ ਦੀ, ਰਣਜੀਤ ਸਿੰਘ, ਰਣਜੀਤ ਕੌਰ ਸਭੀ ਅਤੇ ਦਮਨਪ੍ਰੀਤ ਕੌਰ, ਵੀ ਇਹਨਾਂ ਤੋਂ ਪੈਸੇ ਲਵਾ ਕੇ। ਮੈਂ ਉਦੋਂ ਪਹਿਲਾਂ ਦਮਨ ਦੇ ਜਾਣ ਤੋਂ ਪਹਿਲਾਂ ਦਮਨ ਦੇ ਮੇਰੀ ਨੂੰਹ ਦੇ ਫਾਦਰ ਅਰੀਜੀਤ ਸਿੰਘ ਕੋਲ ਜਾਂਦਾ ਰਿਹਾ, ਉਹ ਮੈਨੂੰ ਇਹ ਕਹਿ ਕੇ ਟਾਲ ਦਿੰਦਾ ਵੀ ਸਾਡੇ ਨਾਲ ਵੀ ਨਹੀਂ ਕਰਦੀ, ਮੈਂ ਕੀ ਕਰਾਂ। ਮਹਾਂ ਜੀ ਤੁਸੀਂ ਜ਼ਿੰਮੇਵਾਰੀ ਲਈ ਤੀ, ਅਸੀਂ ਇੰਨੇ ਪੈਸੇ ਲਾ ਚੁੱਕੇ ਵੀ ਕੀ ਬਣੂਗਾ ਜੇ ਕੱਲ੍ਹ ਨੂੰ ਕੋਈ 19-21 ਗੱਲ ਹੋ ਗਈ, ਆਪਣੀ ਦੋਹਾਂ ਦੀਆਂ ਦਾੜੀਆਂ ਰੋਲਾਂਗੇ। ਹਾਂਜੀ ਬੇਟਾ ਉੱਥੇ ਰੁਲ ਰਹੇ? ਬੇਟਾ ਤਾਂ ਉੱਥੇ ਰੁਲਣਾ ਹੀ ਹੈ ਜੀ, 9 ਸਤੰਬਰ ਤੱਕ ਉਹਦਾ ਵੀਜ਼ਾ ਸੀਗਾ, ਹੁਣ ਉਹਦੇ ਕੋਲ ਕੋਈ ਵੀਜ਼ਾ ਨਹੀਂ ਹੈਗਾ, ਹੁਣ ਹਵਾ ਚ ਆਹੋ ਜੀ। ਹੁਣ ਜੇ ਅਸੀਂ ਉਹਦਾ ਵਰਕ ਪਰਮਿਟ ਵੀ ਲਵਾਉਣਾ, ਕੁੜੀ ਸਾਥ ਨਹੀਂ ਦਿੰਦੀ, ਕੁੜੀ ਨੇ ਤਾਂ ਜਾਂ ਕੱਢ ਕੇ ਵਗੈਰਾ ਖਬਰ ਸਾਡੇ ਦੇ ਪੇਟ 'ਤੇ ਕੀ ਇਲਜ਼ਾਮ ਲਾਊ, ਉਹ ਵੀ ਡਿਪਰੈਸ਼ਨ 'ਚ ਤੀ, ਹੁਣ ਸਾਨੂੰ LMI ਲੈਣੀ ਪਊ, ਉਹ 'ਤੇ 40 ਲੱਖ ਫੇਰ ਸਾਨੂੰ ਲਾਉਣਾ ਪਊਗਾ ਜੀ। ਇਸ ਕਰਕੇ ਮੈਂ ਬੇਨਤੀ ਕਰਦਾ ਪ੍ਰਸ਼ਾਸਨ ਨੂੰ ਵੀ ਇਹਨਾਂ ਨੇ ਘੜੀ ਮਿੱਥੀ ਸਾਜ਼ਿਸ਼ ਕਰਕੇ ਸਾਡੇ ਨਾਲ ਧੋਖਾ ਕੀਤਾ, ਮੇਰੇ ਬੇਟੇ ਨੂੰ ਅਤੇ ਸਾਨੂੰ ਇਹਨਾਂ ਨੇ ਬਰਬਾਦ ਕੀਤਾ। ਜੇ ਮੇਰੇ ਬੇਟੇ ਨੂੰ ਉੱਧਰ ਕੈਨੇਡਾ ਵਿੱਚ ਜਾਂ ਸਾਨੂੰ ਇੱਥੇ ਦੋ ਸਾਡੇ ਪਰਿਵਾਰ ਨੂੰ, ਮੇਰੀ ਵਾਈਫ ਮੈਨੂੰ ਅਤੇ ਮੇਰੀ ਦਾਦੀ ਮਾਂ ਮੇਰੀ ਮਾਤਾ ਨੂੰ ਕੁਛ ਹੁੰਦਾ ਤਾਂ ਇਹਦੇ ਜ਼ਿੰਮੇਵਾਰ ਇਹ ਨੇ। ਜੇ ਅਸੀਂ ਸਾਨੂੰ ਇਹਨਾਂ ਨੇ ਜਾਣੀ ਮੈਂਟਲੀ ਵੀ ਡੈਡ ਕਰਤਾ ਜੀ, ਆਰਥਿਕ ਤੌਰ 'ਤੇ ਵੀ ਡੈਡ ਕਰਤਾ, ਮੇਰੀ ਸਾਰੀ ਜ਼ਮੀਨ ਜਾਇਦਾਦ ਵਿਕ ਗਈ ਜੀ, ਔਨ ਰਿਕਾਰਡ ਰਜਿਸਟਰੀਆਂ ਮੇਰੇ ਕੋਲ ਨੇ, ਮੇਰੀ ਜਾਇਦਾਦ ਵਿਕੀ ਦੀਆਂ ਜੀ ਸਾਰੀਆਂ। ਇਹ ਸਾਰੀ ਜਾਇਦਾਦ ਤੁਸੀਂ ਵੇਚ ਗਏ? ਵੇਚਤੀ ਜੀ, ਉਹ ਦਮਨਪ੍ਰੀਤ ਪਿੱਛੇ, ਉਹਨੇ ਸਾਡੇ ਨਾਲ ਉਸ ਲੜਕੀ, ਹਾਂਜੀ ਹਾਂ, ਧੋਖਾ ਕਰਕੇ ਆਪਦੀ ਕੁੜੀ ਵਾਂਗੂ ਤੁਸੀਂ ਉਹਨੂੰ ਰੱਖਿਆ ਸੀ? ਤਾਂ ਦੇਖੋ ਜੀ ਮੇਰੇ 2 ਬੇਟੇ ਨੇ, ਜਦ ਇਹ ਰਿਸ਼ਤਾ ਹੋਇਆ ਸੀ ਵੈਸੇ ਮੈਂ ਉਹਨੂੰ ਬੇਟੀ ਬਣਾ ਕੇ ਲੈ ਕੇ ਆਇਆ ਸੀ, ਆਪਦੀ ਹੱਕੀ ਬੇਟੀ, ਵੀ ਮੇਰੇ 2 ਬੇਟੇ ਨੇ, ਮੇਰੀ ਤੀਜੀ ਮੇਰੀ ਬੇਟੀ ਆ। ਉਹੀ ਬੇਟੀ ਤੁਹਾਡਾ ਘਰ ਉਜਾੜ ਗਈ? ਉਹ ਬੇਟੀ ਮੇਰਾ ਘਰ ਉਜਾੜ ਕੇ, ਮੇਰੇ ਬੇਟੇ ਨੂੰ ਉਜਾੜ ਕੇ, ਸਾਨੂੰ ਉਜਾੜ ਕੇ, ਰਫੂ ਚੱਕਰ ਹੋ ਗਈ, ਸਾਨੂੰ ਨਹੀਂ ਪਤਾ ਉਹ ਕੀ ਕਰਦੀ ਹੈ। ਕੀ ਮੰਗ ਕਰਦੇ ਹੋ? ਮਾਮਲਾ ਕਿਸਦੇ ਖਿਲਾਫ ਤੁਸੀਂ ਦਰਜ ਕਰਾਇਆ? ਦਮਨਪ੍ਰੀਤ ਸਮੇਤ ਕਿਸਦੇ, ਉਸਦੇ ਪਰਿਵਾਰ ਦੇ ਮੈਂਬਰਾਂ ਦੇ ਖਿਲਾਫ? ਮੰਗ ਪ੍ਰਸ਼ਾਸਨ ਤੋਂ ਇਹੀ ਕਰਦਾ ਜੀ, ਪੁਲਿਸ ਡਿਪਾਰਟਮੈਂਟ ਨੇ ਸਾਡੀ ਬਹੁਤ ਵਧੀਆ ਸੁਣੀ ਹੈ ਜੀ, ਇਹ ਨਹੀਂ ਗੱਲ, ਮਾਣਯੋਗ SSP ਨੇ ਸਾਡਾ ਬਹੁਤ ਪੱਖ ਸੁਣਿਆ, ਪਰ ਜਿਹੜੀ DSP ਹੈੱਡਕੁਆਰਟਰ ਨੇ ਤਿੰਨਾਂ 'ਤੇ ਪਰਚੇ ਦੀ ਸਿਫਾਰਸ਼ ਕੀਤੀ ਸੀਗੀ, ਰਣਜੀਤ ਕੌਰ ਸਭੀ, ਅਰੀਜੀਤ ਸਿੰਘ ਅਤੇ ਦਮਨਪ੍ਰੀਤ ਕੌਰ ਦੇ, ਪੂਰੀ ਘੋਖ ਪੜਤਾਲ ਕਰਕੇ ਹੋਈ ਸੀਗੀ। ਉਦੋਂ ਬਾਅਦ SPD ਕੋਲ ਗਈ ਆ, SP ਹੈੱਡਕੁਆਰਟਰ ਕੋਲ ਗਈ ਆ, ਉਹਨਾਂ ਨੇ ਕੀ ਕਰਕੇ ਪਤਾ ਨਹੀਂ ਕੀ ਹੋਇਆ ਜੀ, ਮੈਨੂੰ ਨਹੀਂ ਪਤਾ, DSP ਹੈੱਡ SPD ਨੇ 2 ਜਣਿਆਂ 'ਤੇ ਪਰਚੇ ਦੀ ਕਰਕੇ ਸਿਫਾਰਸ਼ ਭੇਜਤੀ। ਠੀਕ ਹੈ, ਕੁੜੀ ਦੀ ਮਾਤਾ ਦੇ ਖਿਲਾਫ ਵੀ ਕਰਾਉਣਾ ਚਾਹੁੰਦੇ ਤੁਸੀਂ? ਹਾਂਜੀ, ਕੁੜੀ ਦੀ ਮਾਤਾ ਦੇ ਖਿਲਾਫ ਵੀ ਅਸੀਂ ਉਹਦਾ ਨਾਮ ਵਿੱਚ ਪਾਉਣਾ ਚਾਹੁੰਦੇ, ਕਿਉਂਕਿ ਸਾਰੀ ਕਰਤਾ ਧਰਤਾ ਗੇਮ ਉਹਨਾਂ ਦੀ ਭਾਗੀਦਾਰੀ ਜ਼ਿਆਦਾ ਸੀ, ਬਹੁਤ ਜ਼ਿਆਦਾ ਭਾਗੀਦਾਰੀ ਹੈ ਜੀ ਉਹਨਾਂ ਦੀ, ਬਾਕੀ ਭਾਗੀਦਾਰੀ ਤਾਂ ਸਾਰਿਆਂ ਦੀ ਹੀ ਹੈ।
ਉਹਨਾਂ ਦੀ ਯਾਦ ਆ ਕਿਉਂਕਿ ਸਾਨੂੰ ਉਹਨਾਂ ਨੇ ਸਾਡੀ ਗੱਲ ਨਹੀਂ ਸੁਣੀ। ਉਦੋਂ ਬਾਅਦ ਵੀ ਅਸੀਂ ਗਏ ਹਾਂ ਜੀ ਦੋ ਤਿੰਨ ਵਾਰੀ ਦੁਕਾਨ 'ਤੇ ਜਾ ਕੇ ਭਾਈ ਕੇ ਟ੍ਰੇਡਰ 'ਤੇ ਹਨੂੰਮਾਨ ਮੰਦਿਰ ਦੇ ਸਾਹਮਣੇ ਮਲੇਰ ਕੋਲ ਲਿਆ ਜੀ। ਬਿਲਕੁਲ ਮੈਂ ਤਰਲਾ ਕਰਕੇ ਹਾਂ ਵੀ ਭਾਈ ਛੱਡਣਾ ਆਹ ਧੋਖਾ ਹੋ ਗਿਆ, ਸਾਨੂੰ ਕਹਿੰਦਾ ਕਰ ਲਓ ਜਿਹੜਾ ਕੁਛ ਕਰਨਾ, ਇਹਦਾ ਜਿਹੜਾ ਕੁਛ ਹੋਣਾ ਤੀ ਹੋ ਗਿਆ, ਮੈਂ ਕੀ ਕਰਾਂ, ਮੇਰੀ ਤਾਂ ਆਪ ਨਹੀਂ ਫੋਨ ਚੱਕਦੀ। ਬਿਲਕੁਲ ਅਸੀਂ 6-7 ਜਣੇ ਗਏ ਸੀਗੇ ਜੀ ਪੰਚਾਇਤੀ ਤੌਰ 'ਤੇ।